नमस्कार, आप देख रहे हैं प्राइम न्यूज 24। मैं हूं आपके साथ श्वेता सिंह। पंजाब सरकार की तरफ से अपने चुनावी वायदे के मुताबिक दूसरे दौर में पूरे पंजाब में विद्यार्थियों को 80,000 स्मार्टफोन वितरण किए गए। इसके चलते पंजाब सरकार के कैबिनेट मंत्री त्रिपत राजेंद्र बाजवा की तरफ से बटाला के नजदीकी गांव भुल्लर के सीनियर सेकेंडरी स्कूल में विद्यार्थियों को स्मार्टफोन वितरण किए गए। इस मौके पर मंत्री बाजवा ने कहा कि जिले गुरदासपुर में दूसरे दौर के चलते 9,700 स्मार्टफोन वितरण किए गए हैं और कोरोना काल के चलते इन स्मार्टफोनों से विद्यार्थियों को ऑनलाइन शिक्षा लेने में सहूलियत मिलेगी और विद्यार्थियों को अपनी उच्च शिक्षा लेने में आसानी होगी। वहीं मंत्री बाजवा ने किसानी आंदोलन को लेकर केंद्र सरकार पर निशाना साधते हुए कहा कि यह कृषि कानून किसानों समेत सभी वर्गों को लाभदायक नहीं लग रहा है, तो इसलिए केंद्र सरकार अपना हट राज छोड़कर यह कानून वापस लेकर किसानों का आंदोलन खत्म करवाए। वहीं अरविंद केजरीवाल के द्वारा विधानसभा में कृषि कानून की कॉपियां फाड़ने को लेकर ये कहा कि केजरीवाल के ड्रामेबाजी को छोड़कर किसानों के हक की बात करते हुए केंद्र सरकार के खिलाफ आवाज उठानी चाहिए। वहीं उनका कहना था कि किसानी आंदोलन में शहीद हो चुके किसानों को लेकर केंद्र सरकार अब तो किसानों को उनका हक दे देना चाहिए। वहीं विद्यार्थियों ने पंजाब सरकार का धन्यवाद करते हुए कहा कि आज के दौर में स्मार्टफोन के जरिए हम अपनी पढ़ाई में आसानी हो जाएगी और डिजिटल युग में डिजिटल दौर से जुड़ने का मौका मिलेगा। प्राइम न्यूज 24 के लिए जतिंदर कुंडल की रिपोर्ट। ਕਾਨੂੰਨ ਹੋ ਗਿਆ ਕੈਪਟਨ ਸਾਹਿਬ ਨੇ ਜੋ ਵਾਅਦਾ ਕੀਤਾ ਸੀਗਾ ਉਹ ਵਾਅਦਾ ਉਹਨਾਂ ਨੇ ਪੂਰਾ ਕਰ ਉਠਾ ਲਿਆ ਇਸ ਹੋਣ ਦੀ ਲੋੜ ਵੀ ਸੀਗੀ ਕਿਉਂਕਿ ਜਿਹੜਾ ਨਵੀਂ ਬਿਮਾਰੀ ਆਈ ਉਹਨੇ ਬੱਚਿਆਂ ਨੂੰ ਟੀਚਰਾਂ ਨੂੰ ਘਰ ਬਹਿਣ ਤੇ ਮਜਬੂਰ ਕਰਤਾ ਪਰ ਪੜ੍ਹਾਈ ਜਾਰੀ ਰੱਖਣੀ ਸੀ ਸੋ ਸਮਾਰਟਫੋਨਾਂ ਰਾਹੀਂ ਪੜ੍ਹਾਈ ਸ਼ੁਰੂ ਹੋ ਗਈ ਸੋ ਕੈਪਟਨ ਸਾਹਿਬ ਨੇ ਬੜੇ ਵੇਲੇ ਦੇ ਸਮੇਂ ਬੜੇ ਵਕਤ ਸਿਰ ਜੋ ਉਹਨਾਂ ਨੇ ਆਪਣਾ ਵਾਅਦਾ ਸੀ ਪੂਰਾ ਕੀਤਾ ਅਤੇ ਬੱਚਿਆਂ ਨੂੰ ਇਸ ਵੇਲੇ ਲੋੜ ਸੀ ਸੋ ਮੈਂ ਕੈਪਟਨ ਸਾਹਿਬ ਦੀ ਸੋਚ ਨੂੰ ਕੈਪਟਨ ਸਾਹਿਬ ਨੂੰ ਵਧਾਈ ਦੇਣਾ ਉਹਨਾਂ ਬਹੁਤ ਹੀ ਚੰਗਾ ਕੰਮ ਕੀਤਾ ਕੇਜਰੀਵਾਲ ਨੇ ਸਪੈਸ਼ਲ ਸੈਸ਼ਨ ਦੇ ਵਿੱਚ ਕਾਪੀਆਂ ਪਾੜੀਆਂ ਨੇ ਜੀ ਨਵੇਂ ਕਾਨੂੰਨਾਂ ਦੀਆਂ ਖੇਤੀ ਕਾਨੂੰਨਾਂ ਦੀਆਂ ਉਹਨੂੰ ਕਿੱਦਾਂ ਦੇਖਦੇ ਹੋ ਪਹਿਲਾਂ ਨੋਟੀਫਿਕੇਸ਼ਨ ਕਰਤਾ ਫਿਰ ਡਰਾਮਾ ਕਰਤਾ ਕਾਪੀਆਂ ਪਾੜਤੀਆਂ ਨੇ ਰੈਜੂਲੇਸ਼ਨ ਵੀ ਕਰਾਉਣ ਦੇ ਵੀ ਫਿਰ ਰਿਜੈਕਟ ਕਰਨੇ ਅਸੀਂ ਸਰ ਜੀ ਗੱਲ ਕੀਤੀ ਜਾਵੇ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਇਸ ਕਿਸਾਨੀ ਅੰਦੋਲਨ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਕਿਸੇ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਕਿ ਕਮੇਟੀ ਤਿਆਰ ਕੀਤੀ ਜਾਵੇ ਪਰ ਹਾਲੇ ਵੀ ਕੇਂਦਰ ਸਰਕਾਰ ਜਿਹੜੀ ਹੈ ਕਿਤੇ ਵੀ ਕੋਈ ਸੁਣਵਾਈ ਕਰਦੀ ਦੇਖੋ ਕੇਂਦਰ ਸਰਕਾਰ ਨੂੰ ਮੈਂ ਤਾਂ ਬੜੀ ਵਾਰੀ ਕਹਿ ਚੁੱਕਾ ਕਿ ਆਪਣਾ ਰਾਜ ਹੱਟ ਛੱਡਣਾ ਚਾਹੀਦਾ ਜੇ ਉਹ ਕਹਿੰਦੇ ਨੇ ਕਿਸਾਨਾਂ ਦੇ ਹੱਕ 'ਚ ਪਾਸ ਕੀਤਾ ਤਾਂ ਕਿ ਕਿਸਾਨ ਇੰਨੇ ਬੇਵਕੂਫ ਨੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਇੱਕ ਬਿੱਲ ਸਾਡੇ ਹੱਕ 'ਚ ਹੋਇਆ ਕਿ ਸਾਡੇ ਉਲਟਾ ਸੋ ਸਾਡੀ ਬਦਕਿਸਮਤੀ ਹੈ ਵੀ ਜਿਹੜੇ ਸਾਡੇ ਨਾਲ ਚਾਰ ਮੈਂਬਰ ਫੈਸਲਾ ਕਰ ਰਹੇ ਨੇ ਉਹਨਾਂ 'ਚ ਇੱਕ ਵੀ ਕਿਸਾਨ ਨੇ ਨਾ ਉਹ ਕਿਸਾਨੀ ਨੂੰ ਸਮਝਦੇ ਨੇ ਇਹ ਬਿੱਲ ਜਿਹੜੇ ਨੇ ਬੰਬਿਓਂ ਬਣ ਕੇ ਆਏ ਨੇ ਅਤੇ ਬੰਬੇ ਦੀ ਰਾਜਨੀਤੀ ਬਿਜ਼ਨਸਮੈਨਾਂ ਦੀ ਰਾਜਨੀਤੀ ਥੱਲੇ ਬਿੱਲ ਬਣੇ ਨੇ ਸੋ ਸਾਡੀ ਰਿਕੁਐਸਟ ਹੈ ਦਿੱਲੀ ਸਰਕਾਰ ਨੂੰ ਪਰ ਰੀਥਿੰਕ ਕਰੇ ਕਿਸਾਨਾਂ ਦੇ ਨਾਲ ਬਹਿ ਕੇ ਗੱਲ ਕਰਕੇ ਕੋਈ ਨਾ ਕੋਈ ਹੱਲ ਨਿਕਲਣਾ ਚਾਹੀਦਾ ਨਹੀਂ ਤਾਂ ਪੰਜਾਬ ਹਰਿਆਣੇ ਦੇ ਨੁਕਸਾਨ ਨਾਲ ਥੋੜ੍ਹਾ ਬਹੁਤਾ ਮੁਲਕ ਦਾ ਵੀ ਨੁਕਸਾਨ ਹੋ ਰਿਹਾ ਸਰ ਕਿਸਾਨ ਜਿਹੜੇ ਨੇ ਪੂਰੀ ਸਰਦੀ ਆ ਅਤੇ ਸਰਦੀ ਦੇ ਵਿੱਚ ਉੱਥੇ ਬੈਠੇ ਨੇ 20 ਤੋਂ ਵੱਧ ਮੌਤਾਂ ਹੋ ਗਈਆਂ ਕੱਲ੍ਹ ਇੱਕ ਖੁਦਕੁਸ਼ੀ ਵੀ ਹੋ ਗਈ ਸੈਂਟਰ ਗਵਰਨਮੈਂਟ ਨੂੰ ਚਾਹੀਦਾ ਕਿ ਕੰਪਨਸੇਸ਼ਨ ਇਹਨਾਂ ਨੂੰ ਕੋਈ ਨਾ ਕੋਈ ਦੇਣੀ ਚਾਹੀਦੀ ਦੇਖੋ ਉਹ ਤਾਂ ਉਹਨਾਂ ਦੀ ਆਪਣੀ ਸੋਚ ਆ ਕੰਪਨਸੇਸ਼ਨ ਤਾਂ ਮੈਂ ਮੰਗਦਾ ਨਹੀਂ ਪਰ ਜਿਹੜਾ ਸਾਡਾ ਹੱਕ ਹੈ ਕਿਸਾਨੀ ਜਿਹੜਾ ਸਾਡਾ ਹੱਕ ਹੈ ਸਾਨੂੰ ਉਹ ਦੇ ਛੱਡਣ ਸਾਨੂੰ ਕੰਪਨਸੇਸ਼ਨ ਭਾਵੇਂ ਨਾ ਦੇਣ ਮੈਂ ਪਲੱਸ ਟੂ ਕਲਾਸ ਦੀ ਵਿਦਿਆਰਥਣ ਹਾਂ ਅਤੇ ਅੱਜ ਸਾਨੂੰ ਇਹ ਸਰਕਾਰ ਵੱਲੋਂ ਸਮਾਰਟਫੋਨ ਦਿੱਤੇ ਗਏ ਸਾਨੂੰ ਕਰੋਨਾ ਵਾਇਰਸ ਦੇ ਚੱਲਦੇ ਅਸੀਂ ਘਰ ਬੈਠੇ ਮਤਲਬ ਕਿ ਇਹਨਾਂ ਦਾ ਔਨਲਾਈਨ ਪੜ੍ਹਾਈ ਇਹਨਾਂ ਦੁਆਰਾ ਕਰ ਸਕਦੇ ਹਾਂ ਸਾਨੂੰ ਮੈਂ ਉਹਨਾਂ ਨੂੰ ਧੰਨਵਾਦ ਕਹਿਣਾ ਚਾਹੁੰਦੀ ਹਾਂ ਜਿਨ੍ਹਾਂ ਨੇ ਸਾਡੀ ਪੜ੍ਹਾਈ ਬਾਰੇ ਇੰਨਾ ਸੋਚਿਆ ਅਤੇ ਸਾਨੂੰ ਇਹ ਸਮਾਰਟਫੋਨ ਦਿੱਤੇ ਧੰਨਵਾਦ ਸਰ ਇਹਦੇ ਨਾਲ ਸਾਡੀ ਔਨਲਾਈਨ ਸਟੱਡੀ ਵਧੀਆ ਹੋਏਗੀ ਆਪਾਂ ਘਰ ਬੈਠੇ ਹੀ ਮਤਲਬ ਕਰੋਨਾ ਵਾਇਰਸ ਦੇ ਭਿਆਨਕ ਬਿਮਾਰੀ ਵਿੱਚ ਘਰ ਬੈਠੇ ਹੀ ਪੜ੍ਹ ਸਕਦੇ ਹਾਂ ਅਸੀਂ ਸਮਾਰਟਫੋਨ ਪਾ ਕੇ ਬਹੁਤ ਖੁਸ਼ ਹਾਂ ਕਿ ਸਾਡੀ ਔਨਲਾਈਨ ਪੜ੍ਹਾਈ ਜਿਹੜੀ ਠੀਕ ਢੰਗ ਨਾਲ ਹੋ ਸਕੇਗੀ।